ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ। ਮੈਂ ਹਾਂ ਪਰਮਿੰਦਰ ਸਿੰਘ ਸਿੱਧੂ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੈ ਕਾਂਗਰਸ ਦੇ ਵਿੱਚ ਬੜੀ ਦੁਫਾੜ ਆਪਸ ਵਿੱਚ ਜਾਰੀ ਹੈ। ਲਗਾਤਾਰ ਇੱਕ ਦੂਜੇ ਦੇ ਉੱਪਰ ਜਿਹੜੇ ਲੀਡਰ ਨੇ ਕਾਂਗਰਸ ਦੇ, ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਤਾਨੋ ਮੀਣੀ ਹੋ ਰਹੇ ਨੇ। ਕਾਂਗਰਸ ਦੇ ਅਕਸਰ ਕੀ ਕਾਰਨ ਹੈ ਕਿ ਹਮੇਸ਼ਾ ਜਦੋਂ ਵੀ ਕਾਂਗਰਸ ਬੇਸ਼ੱਕ ਉਹ ਸੱਤਾ ਦੇ ਵਿੱਚ ਹੋਵੇ, ਬੇਸ਼ੱਕ ਨਾ ਸੱਤਾ ਦੇ ਵਿੱਚ ਹੋਵੇ, ਆਪਣੇ ਲੀਡਰਾਂ ਨੂੰ ਹੀ ਇੱਕ ਦੂਜੇ ਦੇ ਵਰਖਿਲਾਫ਼ ਚੱਲਦੇ ਰਹਿੰਦੇ ਨੇ। ਕੀ ਕਾਰਨ ਹੈ? ਮੇਰੇ ਨਾਲ ਹਰਵਿੰਦਰ ਸਿੰਘ ਭੱਟੀ ਜੁੜ ਚੁੱਕੇ ਨੇ, ਕਾਫੀ ਅੱਜ ਕਾਂਗਰਸ ਤੇ ਖੁੱਲ ਕੇ ਗੱਲਬਾਤ ਕਰਾਂਗੇ। ਭੱਟੀ ਦਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੱਟੀ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਨੂੰ? ਦੇਖੋ ਪਰਮਿੰਦਰ ਜੀ, ਗੱਲ ਇਹ ਹੈ ਵੀ ਸਿੱਧੂ ਸਾਹਿਬ ਕਰਕੇ ਨਾ ਇਹਨਾਂ ਲੋਕਾਂ ਦੀਆਂ ਗਈਆਂ ਬਜ਼ਾਰਤਾਂ, ਇਸ ਕਰਕੇ ਉਹਨਾਂ ਦੇ ਉਹ ਹਜ਼ਮ ਨਹੀਂ ਆਈ ਅਜੇ ਤੱਕ ਗੱਲ। ਅੱਛਾ ਜੀ। ਕਿਉਂਕਿ ਉਸ ਟਾਈਮ ਜੇ ਕਿਤੇ ਗੱਲ ਨਾ ਹੁੰਦੀ ਤਾਂ ਕੈਪਟਨ ਦੀ ਸਰਕਾਰ ਨਹੀਂ ਸੀ ਟੁੱਟਣੀ, ਤੇ ਪੋਸੀਬਿਲਿਟੀਜ਼ ਇਹ ਵੀ ਸੀਗੀਆਂ ਵੀ ਕਾਂਗਰਸ ਸ਼ਾਇਦ ਦੁਬਾਰਾ ਆ ਜਾਵੇ, ਪਰ ਉਹ ਸਿੱਧੂ ਸਾਹਿਬ ਨੂੰ ਮਾਫ਼ ਨਹੀਂ ਕਰ ਸਕੇ ਉਸ ਚੀਜ਼ ਦੇ ਨਾਲ, ਤੇ ਮੁੜ ਕੇ ਗੱਲ ਵੱਧਦੀ ਵੱਧਦੀ ਚੰਨੀ ਸਾਹਿਬ ਆ ਗਏ, ਫਿਰ ਵੱਧਦੀ ਵੱਧਦੀ ਵਧੇ ਗਈ ਗੱਲ ਅੱਗੇ। ਹੁਣ ਵੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਈ ਕਮਾਂਡ ਹੈ ਜਿਹੜੀ ਉਹ ਸਿੱਧੂ ਸਾਹਿਬ ਦੇ ਮੋਢੇ ਤੇ ਹੱਥ ਰੱਖ ਰਹੀ ਹੈ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਜਿੰਨੀ ਦੇਰ ਉਹ ਹੈ ਤਾਂ ਸਾਡਾ ਫਿਊਚਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਿਕਿਓਰ ਨਹੀਂ ਹੈ, ਚਾਹੇ ਉਹ ਬਰਿੰਗ ਸਾਹਿਬ ਨੇ, ਚਾਹੇ ਉਹ ਬਾਜਵਾ ਸਾਹਿਬ ਨੇ, ਚਾਹੇ ਉਸ ਲਾਈਨ ਵਾਲੇ ਹੋਰ ਲੀਡਰ ਨੇ। ਸੋ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਨੂੰ ਰਸਤੇ ਚੋਂ ਹਟਾਈਏ। ਪਹਿਲਾਂ ਜੇਲ੍ਹ ਵਾਲਾ ਮਾਮਲਾ ਵੀ ਤੁਸੀਂ ਸੁਣਿਆ ਹੋਣਾ ਹੈ ਕਿ ਜੇਲ੍ਹ ਜਦੋਂ ਉਹਨਾਂ ਨੂੰ ਹੋਈ, ਹਾਲਾਂਕਿ ਉਹ ਕੇਸ ਬੜਾ ਪੁਰਾਣਾ ਸੀ, ਚਲੋ ਜੋ ਵੀ ਉਹਦਾ ਪ੍ਰੋਸੈਸ ਬਣਿਆ, ਉਸ ਟਾਈਮ ਖਬਰਾਂ ਆਈਆਂ ਸੀ ਵੀ ਕੁਛ ਕਾਂਗਰਸੀ ਹਲਕਿਆਂ ਨੇ ਖੁਸ਼ੀ ਵੀ ਮਨਾਈ ਸੀ। ਸੋ ਉਹ ਜਿਹੜੀ ਲਾਗਡਾਟ ਹੈ ਨਾ, ਉਹ ਬਿਲਕੁਲ ਹੀ ਸ਼ਰੀਕੇਬਾਜ਼ੀ ਵਾਲੀ ਤੇ ਬਿਲਕੁਲ ਹੀ ਜੱਟਾਂ ਵਾਲੀ ਲਾਗਡਾਟ ਹੈ ਕਿ ਜਿਸ ਤਰ੍ਹਾਂ ਇਹ ਹੁੰਦਾ ਵੀ ਅਸੀਂ ਮਤਲਬ ਇਹਦੇ ਨਾਲ ਨਹੀਂ ਚੱਲਣਾ, ਹੋਰ ਚਾਹੇ ਜੋ ਮਰਜ਼ੀ ਹੋ ਜਾਵੇ। ਸੋ ਜਦੋਂ ਇੰਨੀ ਵੱਧ ਜਾਵੇ ਨਾ ਗੱਲ, ਦੇਖੋ ਸਿਆਸੀ ਮਤਭੇਦ ਤੇ ਦੁਸ਼ਮਣੀ 'ਚ ਫਰਕ ਹੁੰਦਾ, ਇਹ ਲਗਭਗ ਦੁਸ਼ਮਣੀ ਵੱਲ ਨੂੰ ਵੱਧ ਰਹੀ ਹੈ ਗੱਲ ਕਿ ਉਹ ਇਕੱਠੇ ਹੋ ਕੇ ਉਹਦੇ ਖਿਲਾਫ ਜਾ ਰਹੇ ਨੇ, ਉਹਦੇ ਕਿਸੇ ਸਾਥੀ ਨੇ ਕੋਈ ਪੋਸਟਰ ਲਾ ਤੇ ਉਹਦੇ ਉੱਪਰ ਐਕਸ਼ਨ ਲਿਆ ਜਾ ਰਿਹਾ, ਉਹ ਸ਼ਹਿਰੀ ਬਰਾੜ ਦੇ ਉੱਪਰ। ਇਹ ਕਾਂਗਰਸ ਦੇ ਲਈ, ਪੰਜਾਬ ਦੇ ਯੂਥ ਲਈ ਬੜੀ ਅਨਫੋਰਚੂਨੇਟ ਗੱਲ ਹੈ, ਇਹ ਆਪਣਾ ਕਾਰਨ ਕੀ ਮੰਨਦੇ ਹੋ ਕਿ ਕਾਂਗਰਸ ਬੇਸ਼ੱਕ ਸੱਤਾ ਦੇ ਵਿੱਚ ਨਾ ਹੋਵੇ ਜਾਂ ਹੈ ਵੀ, ਆਪਸ ਵਿੱਚ ਇੱਕ ਦੂਜੇ ਲੱਤਾਂ ਬਹੁਤ ਖਿੱਚਦੇ ਰਹਿੰਦੇ ਨੇ? ਲੀਡਰਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਕੀ ਸੁਵਾਰਨਗੇ ਫਿਰ ਇਹ, ਕਿਉਂਕਿ ਇਹਨਾਂ ਦੀ ਤਾਂ ਆਪਣੀ ਗੱਲਬਾਤ ਰਹੇਗੀ, ਇਹ ਤਾਂ ਇੱਕ ਦੂਜੇ ਦਾ ਨੀਵਾਂ ਹੋਣਾ ਨਹੀਂ ਤਾਂ ਪੰਜਾਬ ਦਾ ਇਹਨਾਂ ਨੇ ਜਿਸ ਤਰੀਕੇ ਦੇ ਨਾਲ, ਫਿਰ ਨੁਕਸਾਨ ਤਾਂ ਪੰਜਾਬ ਦਾ ਹੁੰਦਾ ਨਾ। ਕੋਈ ਕਾਂਗਰਸ ਦੇ ਨਾ ਕਲਚਰ ਦੇ ਵਿੱਚ ਪਹਿਲਾਂ ਤੋਂ ਹੀ ਡਿਵੈਲਪ ਹੋਇਆ ਹੋਇਆ ਹੈ, ਜਦੋਂ ਕੈਰੋਂ ਸਾਹਿਬ ਦੀ ਮਿਨਿਸਟਰੀ ਦੇ ਟਾਈਮ ਤੋਂ ਸ਼ੁਰੂ ਹੋਇਆ ਹੋਇਆ ਹੈ ਕਿ ਜਿਹੜੀ ਸੈਂਟਰ ਲੀਡਰਸ਼ਿਪ ਹੈ ਨਾ, ਉਹ ਇਨਸਿਕਿਓਰ ਹੁੰਦੀ ਹੈ, ਉਹ ਕੋਈ ਨਾ ਕੋਈ ਹੋਰ ਧੜਾ ਜਿਹੜਾ ਮੇਨ ਆਗੂ ਹੈ ਉਹਦੇ ਖਿਲਾਫ਼ ਕੋਈ ਨਾ ਕੋਈ ਧੜਾ ਖੜਾ ਕਰੀ ਰੱਖਦੇ ਨੇ। ਆਪਾਂ ਦੇਖਿਆ ਹੈ ਕਿ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੀ ਜਿਹੜੀ ਆਪਸ ਦੇ ਵਿੱਚ ਰਿਫਟ ਸੀਗੀ, ਪੰਜਾਬ ਨੇ ਕਿੰਨਾ ਸੰਤਾਪ ਭੋਗਿਆ, ਔਰ ਉਸ ਰਿਫਟ ਦੇ ਵਿੱਚੋਂ ਹੀ ਬਲਿਊ ਸਟਾਰ ਨਿਕਲਿਆ, ਉਹਦੇ ਚੋਂ ਮਿਲੀਟੈਂਸੀ ਨਿਕਲੀ। ਸੋ ਇਹ ਸਾਡੇ ਪੰਜਾਬੀਆਂ ਦੀ ਨਾ ਇੱਕ, ਮੈਂ ਸਮਝਦਾ ਵੀ ਬੜੀ ਦੁਰਭਾਗ ਹੈ ਕਿ ਇੱਕ ਤਾਂ ਉਹ ਸ਼ਰੀਕੇਬਾਜ਼ੀ 'ਚ ਪੈ ਜਾਂਦੇ ਨੇ, ਦੂਜਾ ਕਾਂਗਰਸ ਦਾ ਕਲਚਰ ਇਹ ਹੈ ਕਿ ਉਹ ਇਸ ਸ਼ਰੀਕੇਬਾਜ਼ੀ ਨੂੰ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਸ਼ਹਿ ਵੀ ਦਿੰਦੀ ਹੈ, ਉਹ ਇੱਕ ਲੀਡਰ ਨੂੰ ਪ੍ਰਵਾਨਿਤ ਨਹੀਂ ਕਰਦੇ। ਪਰ ਇਹ ਸਾਰੀਆਂ ਸਟੇਟਾਂ 'ਚ ਕਰਦੇ ਨੇ ਉਹ, ਕਿ ਪਾੜੋ ਤੇ ਰਾਜ ਕਰੋ ਵਾਲੀ ਗੱਲ ਹੈ, ਪਰ ਪੰਜਾਬ ਦੇ ਵਿੱਚ ਵੀ ਇਹਦੇ ਸਿੱਟੇ ਬੜੇ ਭਿਆਨਕ ਨਿਕਲਦੇ ਨੇ ਕਿ ਜਦੋਂ ਸ਼ਰੀਕ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ਼, ਮਤਲਬ ਹੁਣ ਦੇਖੋ ਨਾ ਸਿੱਧੂ ਸਾਹਿਬ ਦੇ ਜਿੰਨੇ ਖਿਲਾਫ਼ ਨੇ, ਬਰਿੰਗ ਸਾਹਿਬ ਨੇ, ਚਲੋ ਬਾਜਵਾ ਸਾਹਿਬ ਨੇ, ਆਪਸ ਵਿੱਚ ਇਕੱਠੇ ਨਹੀਂ ਹਨ ਪਰ ਇਹਦੇ ਖਿਲਾਫ਼ ਉਹ ਇਕੱਠੇ ਹੋ ਗਏ ਨੇ ਹੁਣ।
ਤੇ ਕੇਂਦਰ ਲੀਡਰਸ਼ਿਪ ਹੈ ਜਿਹੜੀ ਉਹ ਮੇਰਾ ਖਿਆਲ ਕੋਈ ਖਾਸ ਧਿਆਨ ਨਹੀਂ ਦੇ ਰਹੀ, ਉਹ ਇਹਨੂੰ ਇੰਜੋਏ ਕਰਦੇ ਨੇ ਕਿਸਮ ਦੇ ਨਾਲ, ਪਹਿਲਾਂ ਆਪੇ ਹੀ ਉਹਨਾਂ ਨੇ ਖੁਦ ਦੀ ਸਰਕਾਰ ਸਿੱਟ ਲਈ। ਅਮਰਿੰਦਰ ਸਿੰਘ ਨੇ ਤਾਂ ਕਿਹਾ ਸੀ ਕਿ ਮੇਰੀ ਬੇਇੱਜ਼ਤੀ ਕੀਤੀ ਗਈ ਹੈ, ਕਿ ਉਹ ਕਿੰਨੇ ਸਾਰੇ ਬੰਦੇ ਲੈ ਕੇ ਫਿਰ ਬੀਜੇਪੀ 'ਚ ਚਲੇ ਗਏ, ਫਿਰ ਉਹ ਬੀਜੇਪੀ 'ਚੋਂ ਕੁਛ ਵਾਪਸ ਆ ਗਏ। ਮਤਲਬ ਇੱਦਾਂ ਲੱਗਦਾ ਵੀ ਜਿਵੇਂ ਆਪ ਹੀ ਨਾ ਆਪਣੇ ਝਾਟੇ 'ਚ ਖੇਹ ਪਾਉਣ ਦਾ ਫੈਸਲਾ ਕੀਤਾ ਹੋਇਆ ਕਾਂਗਰਸ ਨੇ। ਭੱਟੀ ਸਾਹਿਬ ਇੱਕ ਗੱਲ ਕਲੀਅਰ ਕਰੋ ਕਿ ਜਿਸ ਤਰੀਕੇ ਨਾਲ ਕਾਂਗਰਸ ਹਰੇਕ ਰਾਜ ਦੇ ਵਿੱਚ ਦਫਾਟਰ ਦੇ ਵਿੱਚ ਰਹੀ ਹੈ, ਬੇਸ਼ੱਕ ਰਾਜਸਥਾਨ ਦੀ ਮੈਂ ਗੱਲ ਕਰ ਲਈਏ, ਪੰਜਾਬ ਦੀ ਵੀ ਆਪਾਂ ਗੱਲ ਕਰੀਏ, ਉਦੋਂ ਵੀ ਨਵਜੋਤ ਸਿੰਘ ਸਿੱਧੂ ਆਪਣਾ ਇੱਕ ਵੱਖਰੇ ਤੌਰ ਤਰੀਕੇ ਦੇ ਨਾਲ ਆਪਦਾ ਕਰਦੇ ਰਹੇ। ਕਾਰਨ ਕੀ ਮੰਨਦਾ ਕਾਂਗਰਸ ਇਨਡਿਸਿਪਲਿਨ ਕਿਉਂ ਹੈ, ਡਿਸਿਪਲਿਨ ਕਿਉਂ ਨਹੀਂ ਹੈਗਾ ਪਾਰਟੀ ਦੇ ਵਿੱਚ? ਦੇਖੋ ਇਨਡਿਸਿਪਲਿਨ ਹੈ ਜਿਹੜਾ, ਉਹ ਮੇਰਾ ਖਿਆਲ ਹੈ ਰਿਮੋਟ ਕੰਟਰੋਲ ਰਾਹੀਂ ਉਹਨੂੰ ਸ਼ਹਿ ਦਿੱਤੀ ਜਾਂਦੀ ਹੈ। ਹੁਣ ਦੇਖੋ ਰਾਜਸਥਾਨ ਦੇ ਵਿੱਚ ਜਿਹੜਾ ਪਾਇਲਟ ਦਾ ਤੇ ਆਪਣੇ ਗਹਿਲੋਤ ਦਾ ਜਿਹੜਾ ਝਗੜਾ ਸੀ ਉਹਨੂੰ ਸੋਲਵ ਨਹੀਂ ਕੀਤਾ ਗਿਆ ਇਸੇ ਤਰੀਕੇ ਦੇ ਨਾਲ। ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਇੱਕ ਪਾਸੇ, ਦਿਗਵਿਜੇ ਦੂਜੇ ਪਾਸੇ। ਇੱਕ ਤਾਂ ਇਹ ਕਿ 70 ਸਾਲ ਦੇਖੋ ਰਾਜ ਰਿਹਾ ਹੈ, ਉਹਦੇ ਕਰਕੇ ਬਹੁਤ ਸਾਰੇ ਲੋਕ ਰਾਜ ਸੱਤਾ ਦੇ ਵਿੱਚ ਆ ਵੀ ਜਾਂਦੇ ਨੇ ਲਾਗੇ, ਇਹ ਵੀ ਇੱਕ ਗੱਲ ਹੈਗੀ ਹੈ। ਪਰ ਮੈਂ ਦੇਖਿਆ ਕਿ ਜਿਹੜਾ ਕੇਂਦਰੀ ਲੀਡਰਸ਼ਿਪ ਹੈ ਨਾ ਜਿਹੜੀ ਕਾਂਗਰਸ ਦੀ, ਉਹਦੇ 'ਚ ਜਦੋਂ ਅਥੋਰਿਟੇਰੀਅਨਿਜ਼ਮ ਆਇਆ ਇੰਦਰਾ ਗਾਂਧੀ ਦੇ ਟਾਈਮ, ਮਤਲਬ ਜ਼ਰੂਰ ਥੋੜ੍ਹਾ ਜਿਹਾ ਉਹਨੇ ਸਖਤੀ ਕਰੀ, ਪਰ ਇਹ ਹੈ ਕਿ ਉਹ ਲੋਕਲ ਜਿਹੜੇ ਲੀਡਰ ਇੱਕ ਦੂਜੇ ਨਾਲ ਲੜਦੇ ਨੇ ਉਹਨੂੰ ਉਹ ਕਲੋਸ ਕੇ ਰੱਖਦੇ ਨੇ ਤਾਂ ਕਿ ਸਾਰੇ ਉਹਨਾਂ ਕੋਲ ਜਾਣ, ਸਾਰੇ ਆਪਣੀਆਂ ਥੈਲੀਆਂ ਭੇਟ ਕਰਨ, ਨਜ਼ਰਾਨੇ ਚੜਾਉਣ ਤੇ ਨਾਲੇ ਇੱਕ ਦੂਜੇ ਦੀ ਖਬਰ ਦਿੰਦੇ ਰਹੇ। ਇਹ ਇੱਕ ਮੇਰਾ ਖਿਆਲ ਹੈ ਇਹਦੇ DNA ਦੇ ਵਿੱਚ ਹੈ, ਯਾਰ ਇਹ ਬੜੀ ਵੱਧ ਰਹੀ ਹੈ ਗੱਲ, ਬੜੀ ਨੁਕਸਾਨਦੇਹ ਹੈ ਇਸ ਤਰੀਕੇ ਦੇ ਨਾਲ। ਪਰ ਪੰਜਾਬ ਦੇ ਵਿੱਚੋਂ ਤਾਂ ਮੇਰਾ ਖਿਆਲ ਹੈ ਇਸ ਹਿਸਾਬੇ ਕਾਂਗਰਸ ਮੁਕਤ ਪੰਜਾਬ ਤਾਂ ਹੋ ਜਾਊਗਾ ਭਾਰਤ, ਚਾਹੇ ਨਾ ਹੋਵੇ। ਮਤਲਬ ਜਿੱਧਰਲੇ ਪਾਸੇ ਤੁਰੇ ਹੋਏ ਨੇ ਤਾਂ ਆਪਣੀਆਂ ਜੜ੍ਹਾਂ ਆਪੇ ਹੀ ਵੱਟਣ ਲੱਗੇ ਹੋਏ ਨੇ। ਪਟੀ ਸਾਹਿਬ ਥੋੜੀ ਆਪਾਂ ਖੁੱਲ ਕੇ ਵਿਚਾਰ ਚਰਚਾ ਇਸ ਵੀ ਮੁੱਦੇ ਤੇ ਕਰਦੇ ਆ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਹਿ ਦਿੰਦੇ ਨੇ ਕਿ ਮੈਂ ਹਾਈ ਕਮਾਂਡ ਦੇ ਨਾਲ, ਤੇ ਇਹ ਗੱਲ ਕਲੀਅਰ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਕਿ ਜਿਹੜਾ ਕੰਪਰੋਮਾਈਜ਼ ਹੈ ਇਹਨਾਂ ਦਾ ਆਪਸ ਵਿੱਚ ਇੰਡੀਆ ਗੱਠਜੋੜ ਹੋ ਚੁੱਕਿਆ, ਉਹ ਕਿਸ ਰੂਪ ਦੇ ਵਿੱਚ ਹੋਣਾ? ਫਿਰ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਕੀ ਰਹੂਗਾ? ਜਿੱਤੇਗਾ ਪੰਜਾਬ ਦਾ ਸਟੈਂਡ ਕੀ ਬਣੂਗਾ ਫਿਰ? ਦੇਖੋ ਜਿੱਤੇਗਾ ਪੰਜਾਬ ਦਾ ਤਾਂ ਸਟੈਂਡ ਇਹ ਰਿਹਾ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਨੇ ਵੀ ਹਾਈ ਕਮਾਂਡ ਦਾ ਹੱਕ ਹੈ ਫੈਸਲਾ ਕਰਨਾ ਜਾਂ ਨਾ ਕਰਨਾ, ਜਦੋਂ ਕਿ ਬਾਜਵਾ ਸਾਹਿਬ, ਬੜਿੰਗ ਸਾਹਿਬ ਤੇ ਹੋਰ ਜਿਹੜੇ ਲੋਕ ਸੀ ਉਹ ਇਹਦਾ ਵਿਰੋਧ ਕਰਦੇ ਸੀ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੈ। ਉਹਨਾਂ ਦੇ ਬਹੁਤ ਸਾਰੇ ਮਿਨਿਸਟਰਾਂ ਨੂੰ ਫੜਿਆ ਵੀ ਗਿਆ, ਵਰਕਰਾਂ ਦਾ ਵੀ ਆਪਸ ਦੇ ਵਿੱਚ ਗਰਾਊਂਡ ਲੈਵਲ ਦੇ ਉੱਪਰ, ਪਿੰਡ, ਸ਼ਹਿਰ, ਮੁਹੱਲੇ, ਗਲੀ ਦੇ ਲੈਵਲ ਤੇ ਵੀ ਝਗੜਾ ਹੈ। ਕੁਛ ਇਹ ਹੈ ਕਿ ਉਹਨਾਂ ਨੂੰ ਹਰਾ ਕੇ ਹੀ ਬੇਸਿਕਲੀ ਮਤਲਬ ਆਮ ਆਦਮੀ ਪਾਰਟੀ ਆਪਣੀ ਸੱਤਾ ਦੇ ਵਿੱਚ ਆਈ ਹੈ। ਸੋ ਇਸ ਕਰਕੇ ਸਿੱਧੂ ਸਾਹਿਬ ਦਾ ਉੱਧਰਲੇ ਪਾਸੇ ਤਾਂ ਕਲੀਅਰ ਹੈ ਗੱਲ, ਉਹ ਜਿੱਤੇਗਾ ਪੰਜਾਬ ਤਾਂ ਉਹਨਾਂ ਨੂੰ ਥੋੜ੍ਹੀ ਬਹੁਤ ਮੇਰਾ ਖਿਆਲ ਹੈ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਦਾ ਸ਼ਾਬਾਸ਼ ਵੀ ਹੈਗੀ ਹੈ। ਜਿਹੜੇ ਲੋਕਲ ਲੀਡਰ ਨੇ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਰਿਜ਼ਾਈਨ ਕਰਿਆ, ਬੜਿੰਗ ਸਾਹਿਬ ਪ੍ਰਧਾਨ ਬਣ ਗਏ, ਉਹਨਾਂ ਨੇ ਪ੍ਰਧਾਨ ਉਹਨੂੰ ਕਦੇ ਰਿਕਗਨਾਈਜ਼ ਨਹੀਂ ਕੀਤਾ, ਪਰ ਇਹ ਸੱਚੀ ਗੱਲ ਹੈ ਕਿ ਉਹਦੀ ਪ੍ਰਧਾਨਗੀ ਸਥਾਪਿਤ ਹੋਣ ਦੇ ਵਿੱਚ ਸਿੱਧੂ ਸਾਹਿਬ ਦਾ ਇਮੇਜ ਕਹਿ ਲਓ, ਉਹਨਾਂ ਦਾ ਬਿਹੇਵੀਅਰ ਕਹਿ ਲਓ, ਕਾਫੀ ਵੱਡਾ ਅੜਿੱਕਾ ਹੈ। ਅੱਛਾ ਉਹਨਾਂ ਨੇ ਵੀ ਨਹੀਂ ਕੋਸ਼ਿਸ਼ ਕੀਤੀ, ਦੇਖੋ ਜਦੋਂ ਉਹਨੂੰ ਜੇਲ੍ਹ ਹੋਈ ਜਾਂ ਜੇਲ੍ਹ ਤੋਂ ਬਾਹਰ ਆਉਣਾ ਸੀ, ਉਹਨਾਂ ਨੇ ਵੀ ਕਦੇ ਲੁਕੋਈ ਨਹੀਂ ਆਪਣੀ ਨਫ਼ਰਤ ਉਹਦੇ ਪ੍ਰਤੀ। ਫਿਰ ਜਲੰਧਰ ਦੀਆਂ ਇਲੈਕਸ਼ਨਾਂ 'ਚ ਆਪਾਂ ਦੇਖਿਆ ਵੀ ਇੱਕ ਵਾਰੀ ਬੱਸ 'ਚ ਇਕੱਠੇ ਜੇ ਬੈਠੇ, ਉਹ ਤੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ। ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਰੌਲਾ ਹੈਗਾ CM ਸ਼ਿਪ ਦਾ। ਸਾਰੇ ਲੀਡਰਾਂ ਨੂੰ ਲੱਗਦਾ ਹੈ ਕਿ ਅਜੇ ਯੰਗ ਲੀਡਰ ਨੇ, ਅਜੇ 30-30, 40-40 ਸਾਲ ਇਹਨਾਂ ਦੇ ਸਰਵਿਸ ਪਈ ਹੈ ਮਤਲਬ ਸਿਆਸਤ ਦੇ ਵਿੱਚ। ਸੋ ਇਹ ਇਹਨਾਂ ਨੂੰ ਲੱਗਦਾ ਹੈ ਕਿ ਜੇ ਆਹ ਬੰਦਾ ਪਾਸੇ ਹਟੇ ਤਾਂ ਮੇਰਾ ਕੁਛ ਬਣੇ, ਉਸ ਗੇੜ 'ਚ ਪੈ ਗਏ ਇਹ। ਸਿੱਧੂ ਸਾਹਿਬ ਨੂੰ ਕੇਂਦਰੀ ਲੀਡਰਸ਼ਿਪ ਤਾਂ ਚਾਹੁੰਦੀ ਸੀ ਵੀ ਉੱਥੇ ਚਲੇ ਜਾਵੇ ਉਹ, ਉਹਨਾਂ ਦੀ ਮਿਸਿਜ ਨੇ ਵੀ ਬਿਆਨ ਦਿੱਤਾ ਸੀ ਮੈਡਮ ਸਿੱਧੂ ਨੇ ਵੀ ਕਿ ਉੱਥੇ ਨਹੀਂ ਉਹ ਜਾਣਾ ਚਾਹੁੰਦੇ, ਉਹ ਜਿੱਤੇਗਾ ਪੰਜਾਬ ਹੀ ਕਰਨਾ ਚਾਹੁੰਦੇ ਨੇ।
ਕਿਉਂਕਿ ਉੱਥੇ ਆਪਾਂ ਦੇਖਿਆ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਮੰਤਰੀ ਬਣ ਕੇ ਚਲੇ ਗਏ ਸੀ, ਉੱਥੇ ਇੱਕ ਕਮਰੇ 'ਚ ਬਿਠਾ ਦਿੰਦੇ ਨੇ IAS ਅਫਸਰ ਹੁੰਦੇ ਨੇ, ਕੋਈ ਚੱਲਦੀ ਨਹੀਂ ਕਿਸੇ ਦੀ। ਸਾਡੇ ਲੋਕਾਂ ਦਾ ਜਿਹੜਾ ਰਾਜ ਕਰਨ ਦਾ ਜਿਹੜਾ ਸਵਾਦ ਹੈ ਉਹ ਤਾਂ ਫਿਰ CMship ਦੇ ਵਿੱਚ ਹੀ ਹੈ, ਜਿਵੇਂ ਮਾਨ ਸਾਹਿਬ ਕਰ ਰਹੇ ਨੇ ਭਗਵੰਤ ਮਾਨ ਕੇ ਮਤਲਬ। ਪੱਟੀ ਸਾਹਿਬ ਫਿਰ ਡਬਲ ਸਟੈਂਡ ਕਿਉਂ ਹੈ ਫਿਰ, ਜਦੋਂ ਇੱਕ ਪਾਸੇ ਤਾਂ ਹਾਈ ਕਮਾਂਡ ਕਹਿ ਰਹੀ ਵੀ ਇੰਡੀਆ ਗੱਠਜੋੜ ਹੋਵੇਗਾ, ਫਿਰ ਪੰਜਾਬ ਜਿੱਤੇ ਦਾ ਅਸਰ ਕਿਵੇਂ ਦਿਖਾਈ ਦੇਊਗਾ? ਪੰਜਾਬ ਫਿਰ ਕਿਸ ਤਰੀਕੇ ਨਾਲ ਜਿੱਤੇਗਾ? ਇੱਕ ਪਾਸੇ ਤਾਂ ਤੁਹਾਡਾ ਇੰਡੀਆ ਗੱਠਜੋੜ ਹੋ ਰਿਹਾ ਹੈ, ਦੂਜੇ ਪਾਸੇ ਤੁਸੀਂ ਪੰਜਾਬ ਦੇ, ਇਹਦਾ ਮਤਲਬ ਡਬਲ ਸਟੈਂਡਰਡ ਨਵਜੋਤ ਸਿੱਧੂ ਵੀ ਕਰ ਰਹੇ ਨੇ। ਨਹੀਂ ਉਹ ਤਾਂ ਅਸਲ ਦੇ ਵਿੱਚ ਇਹ ਕਰ ਰਹੇ ਨੇ, ਉਹ ਕਹਿੰਦੇ ਵੀ ਮੈਂ ਤਾਂ ਵਰਕਰਸ ਨੂੰ ਆਰਗੇਨਾਈਜ਼ ਕਰ ਰਿਹਾ ਉਹਦੇ ਲਈ, ਉਹ ਵੀ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਵੀ ਕਾਂਗਰਸ ਨੂੰ ਸਟੈਂਡ ਲੈਣਾ ਚਾਹੀਦਾ ਔਰ ਆਰਗੇਨਾਈਜ਼ ਕਰਨਾ ਚਾਹੀਦਾ। ਉਹਨਾਂ ਦਾ ਗਿਲਾ ਇਹ ਹੈ ਕਿ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਉਸ ਤਰ੍ਹਾਂ ਟੱਕਰ ਨਹੀਂ ਲੈ ਰਹੀ ਅਪੋਜੀਸ਼ਨ ਦੇ ਤੌਰ ਤੇ। ਕਿਸੇ ਹੱਦ ਤੱਕ ਸੱਚੀ ਵੀ ਇਹ ਗੱਲ ਕਿ ਉਹਨਾਂ ਦੇ ਕਈਆਂ ਦੇ ਬਿਜ਼ਨਸ ਇੰਟਰਸਟ ਨੇ ਉਹ ਇੱਕ ਐਵੇਂ ਹੋਮਿਓਪੈਥਿਕ ਜਿਹਾ ਅਪੋਜੀਸ਼ਨ ਦਾ ਕਰਦੇ ਨੇ, ਉਹ ਜਿਵੇਂ ਡਟ ਕੇ ਕਰਨੀ ਚਾਹੀਦੀ ਹੈ ਉਵੇਂ ਨਹੀਂ ਕਰਦੇ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਉਹਨਾਂ ਦੀ ਪੋਲਸੀ ਨੂੰ ਮਤਲਬ ਐਨਾਲਾਈਜ਼ ਕਰਕੇ ਪਬਲਿਕ ਦੇ ਨੰਗੇ ਕੀਤਾ, ਐਕਸਾਈਜ਼ ਪੋਲਸੀ ਨੂੰ ਦੂਜੇ ਕਿਸੇ ਲੀਡਰ ਨੇ ਨਹੀਂ ਕਰਿਆ ਉਸ ਤਰ੍ਹਾਂ। ਸੋ ਇਹ ਤਾਂ ਉਹਨਾਂ ਦੀ ਗੱਲ ਹੈਗੀ ਹੈ। ਦੂਜਾ ਇਹ ਵੀ ਉਹ ਅਕਾਲੀਆਂ 'ਚ ਵੀ ਅਤੇ ਕਾਂਗਰਸ 'ਚ ਵੀ ਹਮੇਸ਼ਾ ਹੀ ਉਹ ਐਂਟੀ ਐਸਟੈਬਲਿਸ਼ਮੈਂਟ ਰਹੇ ਨੇ, ਉਹਨਾਂ ਦਾ ਜਿਹੜਾ ਭਾਵਨਾ ਹੈ ਨਾ ਜਿਹੜੀ ਉਹ ਮੁੱਦੇ ਵੀ ਚੱਕਦੇ ਰਹੇ ਨੇ, ਠੀਕ ਹੈ ਇਹ, ਪਰ ਉਹ ਕਿਸ ਤਰੀਕੇ ਦੇ ਨਾਲ ਨਾ ਜਿਵੇਂ ਪਾਰਟੀਆਂ ਦੇ ਵਿੱਚ ਉਹਦੇ ਵਿੱਚ ਘੂਰਕੀ ਮਾਰ ਕੇ ਚੁੱਪ ਕਰਾ ਦਿੰਦੇ ਨੇ, ਇੱਦਾਂ ਦੇ ਬੰਦੇ ਨਹੀਂ ਹਨ ਉਹ, ਆਪਣੀ ਮਨਮਤੀ ਦੇ ਨਾਲ। ਸੋ ਉਹ ਵੱਖਰੀ ਪਾਰਟੀ ਬਣਾ ਸਕਦੇ ਨੇ ਨਵਜੋਤ ਸਿੰਘ ਸਿੱਧੂ? ਮੇਰੇ ਖਿਆਲ ਦੇ ਵਿੱਚ ਤਾਂ ਉਹਨਾਂ ਕੋਲ ਕੋਈ ਮੈਨੂੰ ਬੜਾ ਰਸਤਾ ਨਹੀਂ ਲੱਗਦਾ, ਅਨਲੈਸ ਅੰਟਿਲ ਉਹ ਆਪਣੀ ਪਾਰਟੀ ਜੋ ਪੰਜਾਬ ਦੇ ਮੁੱਦੇ ਚੱਕਣਾ ਚਾਹੁੰਦੇ ਨੇ ਇਹਨੂੰ ਰੀਜਨਲ ਪਾਰਟੀ ਬਣਾਉਣੀ ਪੈਣੀ ਹੈ, ਕਿਉਂਕਿ ਉਹ ਕਿਸੇ ਪਾਰਟੀ ਫਿੱਟ ਨਹੀਂ ਆਉਣਾ। ਪਰ ਲੋਕ ਪੰਜਾਬ ਦੇ ਵਿੱਚ ਗੱਠਜੋੜ ਹੋ ਜਾਂਦਾ ਹੈ ਜੀ, ਇਹ ਪੰਜਾਬ ਦੇ ਵਿੱਚ ਗੱਠਜੋੜ ਹੋ ਜਾਂਦਾ ਪੱਟੀ ਸਾਹਿਬ? ਦੇਖੋ ਇਹ ਗੱਠਜੋੜ ਦਾ ਤਾਂ ਹੁਣ ਤਾਂ ਬਹੁਤ ਨੇੜੇ ਹੈ, ਪਰ ਮੇਰਾ ਖਿਆਲ ਹੈ ਵੀ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੱਕ ਉਹਨਾਂ ਨੂੰ ਕੁਛ ਨਾ ਕੁਛ ਐਸਾ ਕਰਨਾ ਪੈਣਾ ਹੈ। ਉਹਦਾ ਕਾਰਨ ਇਹ ਵੀ ਇੱਕ ਤਾਂ ਰੀਜਨਲ ਪਾਰਟੀ ਦੀ ਜਗ੍ਹਾ ਖਾਲੀ ਪਈ ਸੀ, ਉਹ ਦੁਬਾਰਾ ਅਕਾਲੀ ਸਗੋਂ ਵੱਲ ਰਹੇ ਨੇ ਹੁਣ, ਤੇ ਸੈਕੂਲਰ ਰੀਜਨਲ ਪਾਰਟੀ ਦੀ ਕੋਈ ਮਤਲਬ ਜੇ ਬਣ ਜਾਂਦੀ ਤਾਂ ਕੋਈ ਮਾੜੀ ਗੱਲ ਨਹੀਂ ਸੀਗੀ। ਦੂਜਾ ਇਹ ਕਿ ਜਿਹੜੇ ਲੀਡਰਸ਼ਿਪ ਦੇ ਐਸਪੀਰੈਂਟ ਨੇ ਪੰਜਾਬੀਆਂ ਦੇ ਵਿੱਚ ਨਾ ਲੀਡਰਸ਼ਿਪ ਦਾ ਬੜਾ ਮਤ ਹੈ, ਉਹ ਕਹਿੰਦੇ ਨੇ ਵੀ ਤੁਸੀਂ ਇਹਨਾਂ ਨੂੰ ਚਾਹੇ ਮਤਲਬ ਲੀਡਰ ਬਣਾ ਕੇ ਚਾਹੇ ਨਰਕ 'ਚ ਲੈ ਜਾਓ, ਤੁਸੀਂ ਇਹਨਾਂ ਨੂੰ ਮਤਲਬ ਜਿਹੜਾ ਸੈਕਿੰਡ ਨੰਬਰ ਦੇ ਮਤਲਬ ਸਵਰਗ 'ਚ ਨਹੀਂ ਲਿਜਾ ਸਕਦੇ, ਮਤਲਬ ਪਿਛਲੱਗੂ ਨਹੀਂ ਬਣਾ ਸਕਦੇ, ਕਹਿੰਦੇ ਨੇ ਸਾਨੂੰ ਅੱਗੇ ਲਾਓ ਸਾਡੇ ਅੱਗੇ ਨਾ ਲੱਗੋ, ਇਹ ਸਾਰੇ ਪੰਜਾਬੀ ਭਾਵਨਾ ਹੈ। ਤੋ ਕਿੰਨੇ ਸਾਰੇ ਲੀਡਰ ਤੁਰੇ ਫਿਰਦੇ ਨੇ ਪੰਜਾਬ 'ਚ, ਦੇਖੋ ਨਾ ਰੀਜਨਲ ਪਾਰਟੀ ਦਾ ਕੀ, ਯੂਟਿਊਬ ਆਉਣ ਦੇ ਨਾਲ ਕੇ ਆਪਣਾ ਸੋਸ਼ਲ ਮੀਡੀਆ ਆਉਣ ਦੇ ਨਾਲ ਲੱਖੇ ਸਿਧਾਣੇ ਤੋਂ ਲੈ ਕੇ ਮਨਦੀਪ ਮੰਨੇ ਤੱਕ ਪਤਾ ਨਹੀਂ ਕਿਹੜੇ ਕਿਹੜੇ ਆਪਣੇ ਆਪ ਨੂੰ ਪੰਜਾਬ ਦੇ ਮਤਲਬ ਪੈਰੋਕਾਰ ਵੀ ਕਹਿ ਲਓ, ਪੰਜਾਬ ਦੇ ਅਲਮਰਦਾਰ ਵੀ ਕਹਿ ਲਓ, ਕਹਿ ਕਹਾ ਰਹੇ ਨੇ। ਸੋ ਇੱਕ ਨਵੀਂ ਲੀਡਰਸ਼ਿਪ ਦੇ ਲਈ ਕੋਈ ਜਗ੍ਹਾ ਵੀ ਉਸ ਤਰ੍ਹਾਂ ਨਹੀਂ ਹੈ, ਜੇ ਹੋਰ ਪਾਰਟੀ ਬਣ ਜਾਊਗੀ ਤਾਂ ਕੋਈ ਹਰਜ਼ ਨਹੀਂ, ਪਰ ਸਿੱਧੂ ਸਾਹਿਬ ਕੋਈ ਮੇਰੇ ਖਿਆਲ ਦੇ ਵਿੱਚ ਉਸ ਤਰੀਕੇ ਦੇ ਨਾਲ ਬਹੁਤ ਅੱਛੇ ਔਰਗੇਨਾਈਜ਼ਰ ਅਤੇ ਪੋਲੀਟੀਸ਼ੀਅਨ ਨਹੀਂ ਹਨ। ਉਹਨਾਂ ਦਾ ਇਮੇਜ ਜ਼ਰੂਰ ਹੈ, ਉਹ ਇੱਕ ਸਟਾਰ ਪਰਸਨੈਲਿਟੀ ਹੈਗੇ ਨੇ, ਸਟਾਰ ਕੰਪੇਨਰ ਹੋ ਸਕਦੇ ਨੇ, ਪਾਰਟੀ ਬਣਾਉਣ ਦੇ ਲਈ ਅਤੇ ਮਤਲਬ ਔਰਗੇਨਾਈਜੇਸ਼ਨ ਬਣਾਉਣ ਅਤੇ ਉਸ ਚੱਲਣ ਦੇ ਲਈ ਨਾ ਬਹੁਤ ਸਾਰਾ ਅਨੁਸ਼ਾਸਨ ਚਾਹੀਦਾ ਹੁੰਦਾ, ਪਰ ਅੱਜ ਕੱਲ੍ਹ ਇਹ ਹੁਣ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ। ਇੱਕ ਪੱਟੀ ਸਾਹਿਬ ਮੈਨੂੰ ਹੋਰ ਗੱਲ ਕਲੀਅਰ ਕਰੋ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਨਵਾਂ ਇੱਕ ਇੰਚਾਰਜ ਦਿੱਲੀ ਤੋਂ ਸੀਨੀਅਰ ਲੀਡਰ ਨੂੰ ਲਾਇਆ ਗਿਆ, ਕੀ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਦਾ ਰੇੜਕਾ ਖਤਮ ਕਰ ਪਾਉਣਗੇ? ਕੀ ਉਹ ਸਮਝਾਉਣ ਆਏ ਨੇ ਲੋਕਾਂ ਨੂੰ, ਕੀ ਕਰਨਗੇ ਉਹ ਆਗੇ? ਦੇਖੋ ਮੇਰੇ ਖਿਆਲ ਚ ਉਹ ਤਾਂ ਕਾਂਗਰਸ ਨਾ ਵੈਸੇ ਉਹਨਾਂ ਨੇ ਹੋਰ ਥਾਵਾਂ ਤੇ ਵੀ ਸਟੇਟਾਂ ਚ ਬਦਲੇ ਨੇ, ਇਲੈਕਸ਼ਨਾਂ ਤੋਂ ਪਹਿਲਾਂ ਉਹ ਨਾ ਆਪਣੇ ਇੰਚਾਰਜ ਬਦਲਦੇ ਹੁੰਦੇ ਨੇ, ਜਿਵੇਂ ਹਰੀਸ਼ ਚੌਧਰੀ ਦਾ ਹੁਣ ਕਾਫੀ ਟਾਈਮ ਹੋ ਗਿਆ ਸੀ, ਉਹਦਾ ਕੋਈ ਜ਼ਿਆਦਾ ਰੋਲ ਨਹੀਂ ਹੁੰਦਾ, ਉਹਨੇ ਤਾਂ ਜਿਸ ਤਰ੍ਹਾਂ ਸੈਂਟਰ ਲੀਡਰਸ਼ਿਪ ਨੇ ਜੋ ਫੈਸਲਾ ਕਰਨਾ ਉਹ ਕਨਵੇ ਕਰਨਾ ਹੁੰਦਾ, ਡਾਕੀ ਵਾਲਾ ਹੀ ਕੰਮ ਹੁੰਦਾ ਇੰਚਾਰਜ ਦਾ।
ਥੋੜਾ ਬਹੁਤ ਇਹ ਹੈ ਵੀ ਇੱਥੋਂ ਪੈਸੇ ਪੂਸੇ ਜਿਹੜੇ ਇਕੱਠੇ ਕਰਕੇ ਉੱਪਰ ਦੇਣੇ ਹੁੰਦੇ ਨੇ, ਮੇਰਾ ਖਿਆਲ ਹੈ ਇਹਦੇ ਤੋਂ ਵੱਧ ਕੋਈ ਜ਼ਿਆਦਾ ਰੋਲ ਨਹੀਂ ਹੋਊਗਾ। ਤੇ ਇਹ ਵੱਡੇ ਬੰਦੇ ਨੇ, ਬਾਜਵਾ ਸਾਹਿਬ ਵੀ ਤੇ ਆਪਣੇ ਸਿੱਧੂ ਸਾਹਿਬ ਵੀ, ਇਹ ਉਹਦੇ ਵੱਸ ਦੇ ਰੋਗ ਨਹੀਂ ਹਨ। ਇਹ ਤਾਂ ਜ਼ਿਆਦਾ ਇਹ 'ਚ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਸਿੱਧਾ ਦਖਲ ਦੇ ਕੇ ਕੁਛ ਕਰਨ, ਫਿਰ ਤਾਂ ਫਰਕ ਹੈ। ਅਦਰਵਾਈਜ਼ ਇਨ ਚਾਰ ਜਿੰਨੇ ਵਿਚਾਰੇ ਨੇ ਕੀ ਕਰਨਾ ਹੈ, ਇਹ ਤਾਂ ਮਤਲਬ ਕਿਸਾਨਾਂ ਦੇ ਭੇਡ 'ਚ ਐਵੇਂ ਹੀ ਉਹ ਮਾਰ ਖਾਊਗਾ। ਭੱਟੀ ਸਾਹਿਬ ਇੱਕ ਗੱਲ ਕਲੀਅਰ ਕਰੋ ਕਿ ਹਮੇਸ਼ਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਅਤੇ ਅਸੀਂ ਪੰਜਾਬ ਦੇ ਲਈ ਗੱਲ ਕਰਦੇ ਨੇ, ਫਿਰ ਜਦੋਂ ਸਰਕਾਰ ਚਲੀ ਜਾਂਦੀ ਆ ਤਾਂ ਫਿਰ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਰਹਿੰਦਾ, ਫਿਰ ਬਾਅਦ ਵਿੱਚ ਉਹ ਕਹਿੰਦੇ ਸੱਪ ਵਗ ਗਿਆ, ਜਦੋਂ ਕੁੱਟਣ ਵਾਲੀ ਗੱਲ ਹੋ ਜਾਂਦੀ ਹੈ। ਹੁਣ ਨਵਜੋਤ ਸਿੰਘ ਸਿੱਧੂ ਗੱਲ ਕਲੀਅਰ ਕਰ ਦੇਣ, ਇਹ ਤੁਹਾਨੂੰ ਲੱਗਦਾ ਵੀ ਕਲੀਅਰ ਕਰ ਦੇਣੀ ਚਾਹੀਦੀ ਕਿ ਮੈਂ ਪੰਜਾਬ ਅਤੇ ਅਸੀਂ ਆ, ਕੋਈ ਕੁਝ ਮਰਜ਼ੀ ਕਰੇ ਮੈਂ ਪੰਜਾਬ ਦੇ ਨਾਲ ਖੜਾ? ਇਹ ਤਾਂ ਉਹ ਕਹਿੰਦੇ ਹੀ ਨੇ, ਇਹ ਤਾਂ ਉਹ ਜਦੋਂ ਅਮਰਿੰਦਰ ਸਿੰਘ ਨਾਲ ਲੜਾਈ ਉਦੋਂ ਵੀ ਉਹਨਾਂ ਨੇ ਕਿਹਾ ਵੀ ਚਾਹੇ ਪਾਰਟੀ ਕੋਈ ਕੁਛ ਹੋਵੇ ਵੀ ਮੇਰਾ ਤਾਂ ਮੇਨ ਹਿੱਤ ਹੈ ਜਿਹੜਾ ਉਹ ਪੰਜਾਬ ਦਾ ਹੈ। ਕਿਉਂਕਿ ਉਸ ਟਾਈਮ ਦੇਖੋ ਉਹਨਾਂ ਨੇ ਜਾ ਕੇ ਉਹ ਕਰਤਾਰਪੁਰ ਵਾਲਾ ਲਾਂਘਾ ਖੁਲਵਾਇਆ ਤੇ ਉਹਦੇ 'ਚ ਜਿਸ ਤਰ੍ਹਾਂ ਬੀਜੇਪੀ ਜਾਂ ਉਹਨਾਂ ਨੇ ਕਿਹਾ ਜੀ ਉਹਨੇ ਚੱਫੀ ਪਾ ਲਈ, ਉਹਨਾਂ ਦੇ ਜਨਰਲ ਨੂੰ ਫਲਾਣਾ ਕਰ ਲਿਆ, ਟੀਮ ਕਰ ਲਿਆ, ਉਹ ਮਤਲਬ ਪੰਜਾਬ ਦੇ ਹਿਤੈਸ਼ੀ ਤਾਂ ਹੈਗੇ, ਇਸ ਗੱਲ ਤੋਂ ਤਾਂ ਕੋਈ ਮੇਰਾ ਖਿਆਲ ਮੁਨਕਰ ਨਹੀਂ ਹੋ ਸਕਦਾ। ਹਾਂ, ਇਹ ਉਹਨਾਂ ਨੂੰ ਅਸੈਸ ਕਰਨਾ ਪਊਗਾ ਕਿ ਪਾਰਟੀ ਦਾ ਹਿੱਤ ਵੱਡਾ ਹੈ ਜਾਂ ਪੰਜਾਬ ਦਾ ਹਿੱਤ ਵੱਡਾ ਹੈ। ਹੁਣ ਕੀ ਲੱਗਦਾ ਕਿ ਇਕੱਠੇ ਹੋਣਗੇ ਕਿ ਬਸ ਐਵੇਂ ਹੀ ਰੇੜਕਾ ਚੱਲਦਾ ਰਹੇਗਾ ਇਹਨਾਂ ਦਾ? ਮੇਰੇ ਖਿਆਲ 24 ਦੀ ਇਲੈਕਸ਼ਨ ਤੱਕ ਸੈਂਟਰ ਲੀਡਰਸ਼ਿਪ ਨੇ ਦਖਲ ਦੇ ਕੇ ਇਹਨਾਂ ਨੂੰ ਟਕਾਟ ਪੂ ਦੇਣਾ ਹੈ, ਉਦੋਂ ਤੱਕ ਕੁਛ ਨਹੀਂ ਏਦਾਂ ਹੁੰਦਾ। ਇਹ ਦੂਜੇ ਰੌਲਾ ਪਾ ਰਹੇ ਨੇ ਤੇ ਪਾਉਂਦੇ ਰਹਿਣਗੇ, ਪਰ ਮੇਰਾ ਨਹੀਂ ਖਿਆਲ ਵੀ ਸਿੱਧੂ ਸਾਹਿਬ ਦਾ ਕੁਛ, ਕਾਂਗਰਸ ਅਫੋਰਡ ਨਹੀਂ ਕਰ ਸਕਦੀ ਉਹਨਾਂ ਨੂੰ ਕੱਢਣਾ ਸੈਂਟਰ ਲੀਡਰਸ਼ਿਪ, ਕਿਉਂਕਿ ਉਹਦੀ ਸਟਾਰ ਕੰਪੇਨਰ ਦੇ ਤੌਰ ਤੇ ਵੀ ਲੋੜ ਹੋਊਗੀ, ਕੋਈ ਨਾ ਕੋਈ ਉਹ ਟੈਂਪਰੇਰੀ ਸਮਝੌਤਾ ਜ਼ਰੂਰ ਹੋ ਜਾਊਗਾ। ਐਤਕੀ ਉਹਨੂੰ ਸਟਾਰ ਪ੍ਰਚਾਰਕ ਵੀ ਨਹੀਂ ਲਾਇਆ ਗਿਆ? ਲਗਾ ਦੇਣਗੇ, ਅਜੇ ਅਜੇ ਤਾਂ ਸ਼ੁਰੂ ਨਹੀਂ ਨਾ ਹੋਇਆ ਕੰਮ, ਅਜੇ ਤਾਂ ਮਤਲਬ ਇਹ ਵੀ ਨਹੀਂ ਹੈ ਵੀ ਸੀਟ ਕਿਹੜੀ ਵੰਡਣੀ ਹੈ। ਉਹਨੇ ਉਹਨੂੰ MP ਦੀ ਟਿਕਟ ਦੇਣ ਲਈ ਉਹ ਕਹਿ ਰਹੇ ਹੋਣਗੇ, ਉਹਨੇ ਕਿਹਾ ਹੋਣਾ ਮੇਰੀ ਵਾਈਫ ਨੂੰ ਦੇ ਦਿਓ, ਮਤਲਬ ਇੱਦਾਂ ਦਾ ਚੱਲੂਗਾ ਨਾ ਕੰਮ। ਸੋ ਉਹ ਤਾਂ ਜਦੋਂ ਕਰਨਾ ਹੈ ਤਾਂ ਉਦੋਂ ਲਗਾ ਦੇਣਗੇ, ਅਸੀਂ ਗੱਲ ਨਹੀਂ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਕਾਂਗਰਸ ਆਪਣਾ ਖੁਦ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ? ਉਹ ਤਾਂ ਦਿਖ ਹੀ ਰਿਹਾ, ਉਹ ਤਾਂ ਜਦ ਤੋਂ ਇਹਨਾਂ ਦੀ ਕੈਪਟਨ ਸਰਕਾਰ ਗਿਰੀ ਹੈ ਉਹ ਤੋਂ ਬਾਅਦ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਕੋਈ ਸੀਰੀਅਸ ਐਫਰਟ ਨਹੀਂ ਕਰੇ ਇੱਥੇ ਠੀਕ ਕਰਨ ਲਈ। ਇਹ ਆਪਸ ਵਿੱਚ ਲੜੀ ਜਾਂਦੇ ਨੇ, ਉਹ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸ਼ਾਇਦ ਦੇਈ ਜਾ ਰਹੇ ਨੇ, ਮਤਲਬ ਕਿਤੇ ਇਕੱਠੇ ਬਿਠਾ ਕੇ ਕੋਈ ਸਮਝੌਤਾ ਕਰਾਉਣ ਦੀ ਜਾਂ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸੋ ਮੇਰਾ ਖਿਆਲ ਇਹ ਵੀ ਆਪ ਵੀ ਸੈਂਟਰ ਲੀਡਰਸ਼ਿਪ ਵੀ ਕਾਂਗਰਸ ਦੀ ਨਾ ਉਸ ਤਰ੍ਹਾਂ ਦੇ ਨਾਲ ਮਚਿਓਰਟੀ ਨਹੀਂ ਦਿਖਾ ਰਹੀ। ਪਹਿਲਾਂ ਜਿੱਤ ਗਏ ਸੀ ਰਾਜਸਥਾਨ ਤੇ ਹਿਮਾਚਲ ਦੇ ਵਿੱਚ, ਮੁੜ ਕੇ ਇੰਡੀਆ ਫਰੰਟ ਬਣਾ ਲਿਆ, ਇੰਡੀਆ ਫਰੰਟ ਵੱਲੋਂ ਇਲੈਕਸ਼ਨ ਨਹੀਂ ਲੜੀ, ਇਕੱਲਿਆਂ ਨੇ ਲੜ ਲਈ, ਉੱਥੇ ਵੀ ਜਿਹੜੀ ਆਪਸੀ ਫੁੱਟ ਸੀ ਉਹਨਾਂ ਯੂਨਿਟਾਂ ਦੀ ਉਹ ਵੀ ਹਾਰ ਦਾ ਇੱਕ ਮੇਜਰ ਕਾਰਨ ਬਣੀ ਉਹਨਾਂ ਦੇ, ਛੱਤੀਸਗੜ੍ਹ ਦੇ ਵਿੱਚ ਵੀ, ਮੱਧ ਪ੍ਰਦੇਸ਼ 'ਚ ਵੀ ਤੇ ਰਾਜਸਥਾਨ 'ਚ ਵੀ। ਸੋ ਸੈਂਟਰ ਲੀਡਰਸ਼ਿਪ ਨੂੰ ਵੀ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਜੇ ਯੂਨਿਟੀ ਹੋਊਗੀ ਤਾਂ ਉਹਦੇ 'ਚ ਬਰਕਤ ਹੈ, ਅਦਰਵਾਈਜ਼ ਤਾਂ ਫਿਰ ਬੀਜੇਪੀ ਦਾ ਰਥ ਤਾਂ ਆ ਹੀ ਰਿਹਾ, ਉਹਨਾਂ ਨੂੰ ਰੋਲ ਕੇ ਰੱਖੂਗੇ। ਕੀ ਲੱਗਦਾ ਕਿ ਬੀਜੇਪੀ ਸਟਰਾਂਗ ਹੋ ਰਹੀ ਹੈ? ਉਹ ਤਾਂ ਹੋ ਹੀ ਗਈ ਹੈ, ਹੋ ਰਹੇਗੀ, ਉਹ ਤਾਂ ਹੋ ਚੁੱਕੀ ਹੈ। ਉਹ ਤਾਂ ਮੇਰਾ ਖਿਆਲ ਹੈ ਉਹਨਾਂ ਦਾ ਅਕਾਲੀਆਂ ਨਾਲ ਜੇ ਇੱਥੇ ਹੋ ਜਾਂਦਾ ਹੈ ਗੱਠਜੋੜ, ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਲਈ ਬੜੀ ਵੱਡੀ ਮੁਸ਼ਕਲ ਖੜੀ ਹੋ ਜਾਊਗੀ। ਜੀ ਭੱਟੀ ਸਾਹਿਬ, ਕੀ ਲੱਗਦਾ ਕੀ ਹੈ ਤੁਹਾਨੂੰ, ਪੰਜਾਬ ਦੀ ਸਿਆਸਤ ਦੇ ਵਿੱਚ ਹਮੇਸ਼ਾ ਉਬਾਲ ਰਹਿੰਦਾ, ਪੰਜਾਬ ਦੀ ਸਿਆਸਤ ਕਈ ਵਾਰ ਤੇ ਕਈ ਵੀ ਗੱਲ ਕਹੀ ਜਾਂਦੀ ਹੈ ਕਿ ਸੈਂਟਰ ਦੀ ਰਾਜਨੀਤੀ ਤੈਅ ਕਰਦੀ ਹੈ, ਪੰਜਾਬ ਦੀ ਸਿਆਸਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ? ਦੇਖੋ, ਪੰਜਾਬ ਦੇ ਵਿੱਚ ਐਗਰੀਕਲਚਰ ਕ੍ਰਾਈਸਿਸ ਹੈ, ਲੋਕ ਦੁਖੀ ਨੇ, ਬਿਜ਼ਨਸ ਕੋਈ ਉਸ ਤਰੀਕੇ ਦੇ ਨਾਲ ਆਇਆ ਨਹੀਂ, ਨੌਜਵਾਨ ਬਾਹਰ ਜਾ ਰਹੇ ਨੇ, ਮੰਨ ਲਏ ਡਿਸਟਰਬਡ ਏਰੀਆ 80 ਤੋਂ ਬਾਅਦ ਦਾ, ਕਰਜ਼ਾ ਚੜੀ ਜਾ ਰਿਹਾ,
ਜਿਹੜੇ ਛੋਟੇ ਮੋਟੇ ਲੀਡਰ ਨੇ ਕੋਈ ਜਾਂ ਕਿਸੇ ਪਾਰਟੀ 'ਚ ਹੋਣਾ, ਉਹਨੇ ਛੋਟੇ ਛੋਟੇ ਬਿਜ਼ਨਸ ਨੇ ਜਿਹੜੇ ਆ ਰੇਤੇ ਰੂਤੇ ਦੇ, ਕੇਬਲ ਕੂਬਲ ਦੇ, ਸਾਰੇ ਰਲੇ ਹੋਏ ਨੇ ਅੰਦਰੋਂ ਅੰਦਰੀ। ਸੋ ਇੱਥੇ ਇੱਕ ਕਿਸਮ ਦੇ ਨਾਲ ਠੱਗਾਂ ਦਾ ਰਾਜ ਹੈ, ਪਰ ਲੋਕ ਦੁਖੀ ਨੇ, ਇਸ ਕਰਕੇ ਇਹ ਬੋਇਲ 'ਤੇ ਹੀ ਰਹਿੰਦਾ ਹਮੇਸ਼ਾ। ਸੋ ਉਹਨੂੰ ਕਈ ਵਾਰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੇਂਦਰੀ ਏਜੰਸੀਆਂ ਵੱਲੋਂ ਜਾਂ ਕੇਂਦਰੀ ਸਟੇਟ ਵੱਲੋਂ, ਤਾਂ ਕਿ ਫਾਇਦਾ ਉਠਾਇਆ ਜਾ ਸਕੇ ਬਾਕੀ ਹਿੰਦੁਸਤਾਨ ਦੇ ਵਿੱਚ। ਉਹ ਹੁਣ ਵੀ ਚੱਲਣੀ ਹੈ, ਚਾਹੇ ਅੰਮ੍ਰਿਤਪਾਲ ਦਾ ਮਸਲਾ ਸੀ ਚਾਹੇ ਖਾਲਿਸਤਾਨ ਦਾ ਮਸਲਾ, ਉਹ ਖੜਾ ਰੱਖਦੀਆਂ ਨੇ ਕੇਂਦਰੀ ਸਰਕਾਰਾਂ, ਪਰ ਪੰਜਾਬ ਤੋਂ ਸਿੱਧੇ ਸਾਧੇ ਇਮਾਨਦਾਰ ਲੋਕ ਨੇ, ਪਰ ਇਹਨਾਂ ਨੂੰ ਹੁਣ ਮੇਰਾ ਖਿਆਲ ਇਹ ਹੈ ਕਿ ਮੁਸ਼ਕਲਾਂ 'ਚ ਫਸਾਇਆ ਜਾ ਰਿਹਾ ਹੈ, ਔਰ ਵਿੱਚੋਂ ਜਿਹੜਾ ਗਲਤ ਐਲੀਮੈਂਟ ਹੈ ਉਹਨੂੰ ਜ਼ਿਆਦਾ ਸਿਰ 'ਤੇ ਚੁੱਕਿਆ ਜਾ ਰਿਹਾ ਹੈ, ਜਿਹੜਾਂ ਦੇ ਵਿੱਚੋਂ ਬੁਰਾਈ ਚੱਲ ਰਿਹਾ ਹੈ। ਸੋ ਪੰਜਾਬ ਦੀ ਉਸ ਤਰੀਕੇ ਦੇ ਨਾਲ ਜਿਹੜੀ ਹਾਲਾਤ ਹੈ ਕੋਈ ਬਹੁਤ ਅੱਛੀ ਨਹੀਂ ਹੈ, ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਮਿਲਦੀ ਜੁਲਦੀ ਹੈ, ਉੱਧਰ ਦੀ ਨਸ਼ਿਆਂ ਦਾ ਮਤਲਬ ਕਾਰੋਬਾਰ ਸਿਰੇ ਤੱਕ ਸੈਂਟਰ ਤੱਕ ਚੜਿਆ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਕ੍ਰਾਈਸਿਸ ਰਿਟਨ ਸਟੇਟ ਹੈ, ਇਹਨੂੰ ਬਹੁਤ ਹੀ ਸੀਰੀਅਸਲੀ ਇੱਥੇ ਦੇ ਬੁੱਧੀਜੀਵੀਆਂ ਨੂੰ ਵੀ, ਆਮ ਨਾਗਰਿਕਾਂ ਨੂੰ ਵੀ, ਆਮ ਲੋਕਾਂ ਨੂੰ ਵੀ ਇਕੱਠੇ ਹੋ ਕੇ ਚਿੰਤਨ ਕਰਨ ਦੀ ਲੋੜ ਹੈ, ਅਦਰਵਾਈਜ਼ ਆਪਾਂ ਬਹੁਤ ਹੀ ਕਸੂਤੀ ਪੋਜੀਸ਼ਨ ਵੱਲ ਜਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਸਮਾਂ ਦੇਣ ਲਈ। ਸ਼ੁਕਰੀਆ ਜੀ, ਸ਼ੁਕਰੀਆ ਪਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਥੈਂਕ ਯੂ।